ਆਮ ਤੌਰ ਤੇ ਸਾਡੇ ਲੋਕਾਂ ਅੰਦਰ ਵਹਿਮ ਪਾਇਆ ਜਾਂਦਾ ਕਿ ਪੇਟ ਦੀ ਐਕਸਰਸਾਈਜ਼ ਨਾਲ ਤੇ ਪੇਟ ਜਲਦੀ ਘਟੇਗਾ ਹਾਲਾਂਕਿ ਤੁਸੀਂ ਦੇਖਿਆ ਹੋਵੇਗਾ ਕਿ ਦੁਨੀਆ ਦੀ ਹਰ ਜਮ ਵਿੱਚ ਲੋਕ ਪੇਟ ਘਟਾਉਣ ਲਈ ਵੱਧ ਤੋਂ ਵੱਧ ਪੇਟ ਦੀਆਂ ਹੀ ਐਕਸਰਸਾਈਜ਼ ਕਰਦੇ ਆ ਪਰ ਅੱਜ ਤੱਕ ਤੁਸੀਂ ਅਜਿਹੇ ਇਨਸਾਨ ਨਹੀਂ ਦੇਖਿਆ ਹੋਣਾ ਕਿ ਜਿਸ ਦੇ ਪੇਟ ਉੱਪਰ ਫੈਟ ਨਾ ਹੋਵੇ ਤੇ ਸਰੀਰ ਦੇ ਦੂਜੇ ਹਿੱਸਿਆਂ ਉੱਪਰ ਫੈਟ ਹੋਵੇ ਜੇ ਪੇਟ ਦੀ ਐਕਸਰਸਾਈਜ਼ ਔਨ ਨਾਲ ਪੇਟ ਦੀ ਫੈਟ ਘਟਦੀ ਤਾਂ ਸਾਨੂੰ ਹਜ਼ਾਰਾਂ ਲੱਖਾਂ ਲੋਕ ਅਜਿਹੇ ਮਿਲਣੇ ਸੀ ਜਿਨ੍ਹਾਂ ਦਾ ਕੇ ਪੇਟ ਬਿਲਕੁਲ ਨਾ ਵਧਿਆ ਹੁੰਦਾ ਪਰ ਸਰੀਰ ਦੇ ਹੋਰ ਹਿੱਸਿਆਂ ਉੱਪਰ ਫੈਟ ਹੁੰਦੀ ਕਹਿਣ ਦਾ ਮਤਲਬ ਕਹਿਣ ਦਾ ਮਤਲਬ ਤੁਸੀਂ ਸਪੌਟ ਰਿਡਕਸ਼ਨ ਨਹੀਂ ਕਰ ਸਕਦੇ ਤੁਸੀਂ ਕਿਸੇ ਸਰੀਰ ਦੇ ਇੱਕ ਹਿੱਸੇ ਉੱਪਰੋਂ ਫੈਟ ਨਹੀਂ ਘਟਾ ਸਕਦੇ ਸਰੀਰ ਖੋਦੀ ਫੈਟ ਨੂੰ ਛੱਡਦਾ ਜਿੱਥੋਂ ਉਸਦੀ ਮਰਜ਼ੀ ਆ ਪਹਿਲਾਂ ਉਥੋਂ ਹੀ ਉਹ ਫੈਟ ਘਟਾਊਗਾ ਜੇ ਤੁਹਾਡੀ ਛਾਤੀ ਉੱਪਰ ਫੈਟ ਆ ਤਾਂ ਤੁਸੀਂ ਛਾਤੀ ਦੀ ਜ਼ਿਆਦਾ ਐਕਸਰਸਾਈਜ਼ ਕਰਦੇ ਆ ਇਹ ਨਹੀਂ ਹੋ ਸਕੀ ਕਦੇ ਵੀ ਨਹੀਂ ਹੋ ਸਕਦਾ ਕਿ ਤੁਹਾਡੀ ਛਾਤੀ ਉੱਪਰੋਂ ਪਹਿਲਾਂ ਫੈਟ ਘਟੇ ਆਮ ਤੌਰ ਤੇ ਗਈਏ ਤਾਂ ਪੂਰਾ ਸਰੀਰ ਇੱਕ ਇੱਕ ਤੈ ਦੇ ਰੂਪ ਵਿੱਚ ਚਰਬੀ ਘਟਾਉਂਦਾ ਫੈਟ ਘਟਾਉਂਦਾ ਤੇ ਪੇਟ ਉੱਪਰ ਸਾਰਿਆਂ ਨਾਲ ਵੱਧ ਤੈਂ ਆ ਸਾਰਿਆਂ ਨਾਲ ਵੱਧ ਪਰਤਾਂ ਫੈਟ ਦੀਆਂ ਹੁੰਦੀਆਂ ਇਸ ਲਈ ਸਾਰਿਆਂ ਨਾਲ ਬਾਹਰ ਵਿੱਚ ਸਾਰਿਆਂ ਨਾਲ ਬਾਹਰ ਵਿੱਚ ਜਾ ਕੇ ਹੀ ਪੇਟ ਘਟਦਾ ਪਹਿਲਾਂ ਸਰੀਰ ਦੇ ਹੋਰ ਹਿੱਸਿਆਂ ਉੱਪਰ ਤੋਂ ਫੈਟ ਘਟਦੀ ਨਜ਼ਰ ਆਉਂਦੀ ਹੈ ਕਿਉਂਕਿ ਉੱਥੇ ਫੈਟ ਘਟ ਹੁੰਦੀ ਹੈ ਇੱਕ ਵਾਰ ਵਿਗਿਆਨਕਾਂ ਨੇ ਇੱਕ ਖੋਜ ਕੀਤੀ ਤਾਂ ਉਸ ਵਿੱਚ ਦੇਖਿਆ ਗਿਆ ਕਿ ਲੱਤਾਂ ਦੀ ਐਕਸਰਸਾਈਜ਼ ਕਰਨ ਤੇ ਸਾਰਿਆਂ ਨਾਲ ਜ਼ਿਆਦਾ ਪੇਟ ਉੱਪਰ ਚਰਬੀ ਘਟੀ ਕਿਉਂ ਕਿਉਂਕਿ ਲੱਤਾਂ ਸਾਡੇ ਸਰੀਰ ਦੇ ਸਾਰਿਆਂ ਨਾਲ ਵੱਡੇ ਮਸਲ ਹੁੰਦੇ ਆ ਜਦੋਂ ਤੁਸੀਂ ਲੱਤਾਂ ਦੀ ਐਕਸਰਸਾਈਜ਼ ਕਰਦੇ ਆ ਤਾਂ ਤੁਸੀਂ ਸਾਰਿਆਂ ਨਾਲ ਜ਼ਿਆਦਾ ਭਾਰਾ ਵਜ਼ਨ ਚੱਕਦੇ ਆ ਸਾਰਿਆਂ ਨਾਲ ਸਭ ਤੋਂ ਭਾਰਾ ਅਤੇ ਲੰਮੇ ਸਮੇਂ ਲਈ ਵਜ਼ਨ ਚੱਕਣ ਤੇ ਤੁਹਾਡੇ ਸਰੀਰ ਨੂੰ ਜ਼ਿਆਦਾ ਕੈਲਰੀਜ਼ ਦੀ ਜ਼ਰੂਰਤ ਹੁੰਦੀ ਆ ਤਾਂ ਉਹ ਜ਼ਿਆਦਾ ਕੈਲਰੀਜ਼ ਬਰਨ ਕਰਦਾ ਜਿਆਦਾ ਕੈਲਰੀਜ਼ ਬਰਨ ਕਰਨ ਤੇ ਜੇ ਤੁਸੀਂ ਆਪਣੀ ਖਾਣਾ ਨੂੰ ਥੋੜਾ ਕਾਬੂ ਰੱਖਦੇ ਆ ਕੰਟਰੋਲ ਰੱਖਦੇ ਆ ਤਾਂ ਸਰੀਰ ਮਜਬੂਰ ਹੋ ਜਾਂਦਾ ਕਿ ਉਹ ਜਮਾ ਹੋਈ ਚਰਬੀ ਨੂੰ ਮਚਾਵੇ ਇਸ ਲਈ ਜੇ ਤੁਸੀਂ ਪੇਟ ਘਟਾਉਣਾ ਚਾਹੁੰਦੇ ਆ ਤਾਂ ਪੂਰੇ ਸਰੀਰ ਦੀ ਕਸਰਤ ਮਿਹਨਤ ਨਾ ਕਰੋ ਤਾਂ ਤੁਸੀਂ ਜਿਆਦਾ ਪੇਟ ਘਟਾ ਸਕੋਗੇ ਜੇ ਤੁਸੀਂ ਸਿਰਫ ਪੇਟ ਦੀ ਐਕਸਰਸਾਈਜ਼ ਉੱਲੀ ਧਿਆਨ ਦਿੰਨੇ ਆ ਤਾਂ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੇਟ ਦੀ ਐਕਸਰਸਾਈਜ਼ ਕਰੋ ਫਿਰ ਵੀ ਤੁਸੀਂ 2 3 ਜਾਂ 400 ਕੈਲਰੀ ਜੀ ਬਰਨ ਕਰ ਸਕਦੇ ਆ ਜਿਹੜੀ ਕਿ ਦੋ ਰੋਟੀਆਂ ਅੰਦਰ ਹੁੰਦੀ ਆ ਤੇ ਇੰਨੀ ਕੈਲਰੀ ਜੀ ਬਰਨ ਕਰਨ ਤੇ ਤੁਸੀਂ ساری ਉਮਰ ਫੈਟ ਨਹੀਂ ਹੋ ਸਕਦੇ ਜੇ ਤੁਸੀਂ ਆਪਣੀ ਖਰਾਕ ਤੇ ਕੰਟਰੋਲ ਨਹੀਂ ਕਰਦੇ ਇਸ ਲਈ ਜਦੋਂ ਵੀ ਪੇਟ ਘਟਾਉਣਾ ਤਾਂ ਥੋੜੇ ਵਿਗਿਆਨ ਘਟੰਗਣਾ ਸੋਚੋ ਸੁਣੀਆਂ ਸੁਨਾਈਆਂ ਗੱਲਾਂ ਉੱਪਰ ਯਕੀਨ ਨਾ ਕਰੋ ਖੁਦ ਥੋੜੀ ਰਿਸਰਚ ਕਰੋ ਪੜੋ ਫਿਰ ਹੀ ਕਿਸੇ ਫੈਸਲੇ ਤੇ ਪਹੁੰਚੋ